ਹਾਂਜੀ ਕਿੱਦਾਂ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਖੇਡ ਰਹੇ ਹਾਂ ਆਪਾਂ ਫਿਰ ਫਾਰਮਿੰਗ ਸੈਮੂਲੇਟਰ ਅਤੇ ਜਲਦੀ GTA ਵੀ ਸ਼ੁਰੂ ਕਰਾਂਗੇ। ਅਤੇ ਸਾਰੇ ਭਾਈ ਕਮੈਂਟ ਕਰਦੇ ਪਏ ਸੀ, ਪਹਿਲਾਂ ਮੈਂ ਉਹਨਾਂ ਲਈ ਇੱਕ ਅਪਡੇਟ ਦੇ ਦਾਂ ਕਿ ਆਹ ਸਾਰੇ ਪੁੱਛਦੇ ਪਏ ਸੀ ਕਿ ਇਹ ਗੇਮ ਕਿਵੇਂ ਡਾਊਨਲੋਡ ਹੋਊ, ਕਿਵੇਂ ਖੇਡੀਏ, ਫੋਨ 'ਚ ਕਿਵੇਂ, ਕੰਪਿਊਟਰ 'ਚ ਕਿਵੇਂ, ਲੈਪਟਾਪ 'ਚ ਕਿਵੇਂ। ਸੋ ਉਹਦੇ ਲਈ ਮੈਂ ਇੱਕ ਵੀਡੀਓ ਲੈ ਕੇ ਆਊਂਗਾ ਆਪਣੇ HG ਸ਼ੋਰਟਸ ਵਾਲੇ ਚੈਨਲ ਦੇ ਵਿੱਚ, ਠੀਕ ਆ। ਅਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂ, ਉਹ ਜਾ ਕੇ ਜੁਆਇਨ ਕਰ ਲਿਓ ਅਤੇ ਉੱਥੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਡਾਊਨਲੋਡ ਹੋਣੀ ਹੈ ਗੇਮ, ਜੋ ਲਟਰਮ ਪਟਰਮ, ਕਿੰਨੇ ਪੈਸੇ ਲੱਗਣਗੇ, ਕਿਆ ਸਾਰਾ ਕੁਛ, ਠੀਕ ਹੈ। ਸੋ ਮਿੱਤਰੋ, ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੀ ਕਰਨ ਲੱਗੇ, ਜਿਵੇਂ ਕਿ ਤੁਹਾਨੂੰ ਬੈਕਗਰਾਊਂਡ ਦੇ ਵਿੱਚ ਹੈ ਟਰੈਕਟਰ ਰੂਟਰ ਸਜੇ ਖੜੇ। ਅੱਜ ਕੋਈ ਟਰੈਕਟਰ ਰੂਟਰ ਨਹੀਂ ਨਵਾਂ ਲੈਣਾ, ਅੱਜ ਆਪਾਂ ਲੈ ਕੇ ਆਉਣੇ ਸੰਦ ਨਵੇਂ। ਇੱਕ ਤਾਂ ਟਰਾਲਾ ਲੈਣਾ ਮਿੱਤਰੋ, ਵੱਡਾ ਬੈੱਡ ਵਾਲਾ, ਠੀਕ ਹੈ ਜੀ। ਅਤੇ ਉਹਦੇ 'ਚ ਭਰਨਾ ਆਪਾਂ 20 ਆਲੂਆਂ ਦਾ ਬੋਰੀਆਂ ਭਰ, ਬੋਰੀਆਂ ਭਰ ਕੇ, ਠੀਕ ਆ, ਆਲੂ ਵਿੱਚ ਰੱਖ ਕੇ ਲੈ ਕੇ ਆਉਣੇ ਆ ਖੇਤ। ਅਤੇ ਇੱਕ ਆਪਾਂ ਪੈਲੀ ਖਰੀਦਣੀ ਆ। ਸੋ ਸਾਰਿਆਂ ਨਾਲ ਪਹਿਲਾਂ ਇਹ ਕੰਮ ਕਰ ਲਈਏ, ਆਪਣੇ ਕੋਲ 67,000 ਰੁਪਈਆ ਹੀ ਆ, ਬਾਹਲਾ ਨੀਗਾ, 67,000 ਹੀ ਆ, ਠੀਕ ਹੈ ਜੀ। ਆਪਾਂ ਲੈਣ ਲੱਗਿਆ ਬੈਂਕ ਤੋਂ ਲੋਨ, ਮੈਂ ਕਹਿੰਦਾ 1,000,000 ਦਾ ਚੱਕ ਲਈਏ ਗਾਈਸ। ਸੋ ਮਿੱਤਰੋ, 5,00,000 ਦਾ ਲੋਨ ਲੈਣ ਲੱਗੇ ਆਪਾਂ। ਅਤੇ ਕਿੰਨੇ ਸਾਲਾਂ ਵਾਸਤੇ ਲਈਏ, 3 ਸਾਲਾਂ ਵਾਸਤੇ ਲੈ ਲਿਆ। ਲਓ ਵੀ ਮਿੱਤਰੋ, 5,00,000 ਦਾ ਆਪਾਂ ਨੂੰ ਲੋਨ ਮਿਲ ਚੁੱਕਿਆ। ਅਤੇ ਹੁਣ ਆਪਾਂ ਲੈਣ ਲੱਗੇ ਹਾਂ ਪੈਲੀ। ਅਤੇ ਪੈਲੀ ਆਪਣਾ ਕਿਹੜਾ ਵਾਹਣ, ਜਿਵੇਂ ਕਿ ਤੁਹਾਨੂੰ ਪਤਾ ਵਾ ਯਾਰ, ਪਹਿਲਾਂ ਵਾਲੇ ਪੈਸੇ ਤਾਂ ਵਰਤ ਗਏ ਸੀ ਆਪਾਂ। ਸੋ ਆਪਾਂ ਇੱਧਰੋਂ ਸ਼ੁਰੂ ਕੀਤਾ ਹੋਇਆ ਅਤੇ ਆਪਾਂ 8 ਨੰਬਰ ਵਾਲਾ ਵਾਹਣ ਲੈ ਲੈਂਦੇ ਹਾਂ। 8 ਨੰਬਰ ਵਾਲਾ ਆਪਾਂ ਨੂੰ ਪੈ ਰਿਹਾ 2,58,000 ਦਾ। ਲੈਟਸ ਗੋ ਮਿੱਤਰੋ, ਇਹ ਪੈਲੀ ਆਪਾਂ ਖਰੀਦ ਲਈ। ਇੱਥੇ ਆਪਾਂ ਬੀਜਾਂਗੇ ਆਲੂ, ਜੇ ਮੇਰੀ ਜ਼ਮੀਨ ਆ ਇੱਥੇ ਆਲੂ ਹੀ ਬੀਜੂ ਚਾਚਾ ਜੀ। ਸੋ ਮਿੱਤਰੋ, ਜੋ ਜੋ ਹੋਰ ਸੰਦ ਚਾਹੀਦੇ ਆ ਉਹ ਵੀ ਆਪਾਂ ਲੈ ਹੀ ਲੈਂਦੇ ਹਾਂ। ਸੋ ਆਪਾਂ ਪਹਿਲਾਂ ਚੱਲਦੇ ਹਾਂ ਪੋਟੈਟੋ ਟੈਕਨੋਲੋਜੀ ਵਿੱਚ। ਅਤੇ ਇੱਥੇ ਆਪਾਂ ਪਹਿਲਾਂ ਪਲਾਂਟਰ ਲਈਏ, ਜਿਹਦੇ ਨਾਲ ਆਪਾਂ ਇਹ ਆਲੂ ਬੀਜਣੇ ਆ, ਠੀਕ ਹੈ ਜੀ। ਸੋ ਆਲੂ ਆਪਾਂ ਕਿਹਦੇ ਨਾਲ ਬੀਜਾਂਗੇ, ਆਲੂ ਆਪਾਂ ਆਹ ਮਸ਼ੀਨ ਲੈਣ ਲੱਗੇ ਹਾਂ ਮਿੱਤਰੋ। ਬਹੁਤ ਮਹਿੰਗੀ ਆ ਵੈਸੇ ਤਾਂ ਇਹ, 1,00,000 ਅਤੇ ਕਿੰਨੇ ਦੀ ਆ, $1,30,000 ਦੀ ਬਾਈ। ਸੋ ਇਹ ਵਾਲੀ ਮਸ਼ੀਨ ਲੈਣ ਲੱਗੇ ਹਾਂ। ਇਹਦੇ ਨਾਲ ਆਲੂ ਆਪਾਂ ਬੀਜ ਸਕਦੇ ਹਾਂ, ਮਿੰਟੋ ਮਿੰਟ ਹੀ ਬੀਜ ਦਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ। ਬਾਏ ਕਰੀਏ ਯਾਰ ਬਾਈ, ਖਰਚਾ ਵਾ ਮੋਟਾ ਹੋ ਗਿਆ। ਸੋ ਮਿੱਤਰੋ, ਇੱਕ ਆਪਾਂ ਟਰਾਲੀ ਲੈਣ ਲੱਗਿਆ, ਵੱਡੇ ਬੈੱਡ ਲੱਗੇ ਹੋਏ ਆ ਅਤੇ ਮੈਂ ਕਹਿੰਦਾ ਸਿਰਾ ਹੀ ਆ ਬਾਈ, ਕਿਆ ਬਾਤ ਆ, ਪੂਰੀ ਘੈਂਟ ਲੱਗਦੀ ਪਈ ਆ। ਸੋ ਆਹ ਖਰੀਦ ਲਈਏ ਟਰਾਲੀ। ਅਤੇ ਲਓ ਵੀ ਮਿੱਤਰੋ, ਇੱਕ ਟਰਾਲੀ ਖਰੀਦ ਲਈ, ਇੱਕ ਆਪਾਂ ਬੀਜਣ ਵਾਸਤੇ ਖਰੀਦ ਲਿਆ, ਓਕੇ ਆ ਹੁਣ। ਅਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਟਰੈਕਟਰ, ਇੱਥੋਂ ਕਿਹੜਾ ਲੈ ਕੇ ਜਾਈਏ। ਚਲੋ ਮਿੱਤਰੋ, ਡੈਨਾਸੌਰ ਹੀ ਚੱਕਦੇ ਹਾਂ ਅਤੇ ਡੈਨਾਸੌਰ ਦੀ ਮਾਰ ਗਿਆ ਸੈਲਫ। ਚੱਲੀਏ ਜਾਂਸੀ, ਜਾਂਸੀ ਦੇ ਵਿੱਚੋਂ ਆਪਾਂ ਪਹਿਲਾਂ ਲੈ ਕੇ ਆਈਏ 20, ਫਿਰ ਚੱਕਦੇ ਹਾਂ ਮਸ਼ੀਨ, ਠੀਕ ਹੈ ਜੀ। ਸੋ ਇੱਕ ਬਾਈ ਨੇ ਮਿੱਤਰੋ ਕਮੈਂਟ ਕੀਤਾ ਸੀ, ਕਹਿੰਦਾ ਸੀ ਕਿ ਬਾਈ ਵਿਚਲਾ ਕੈਮਰਾ ਰੱਖਿਆ ਕਰੋ, ਐਂ ਜਿਵੇਂ ਟਰੈਕਟਰ ਆਪਾਂ ਨੂੰ ਰੀਅਲ 'ਚ ਦਿੰਦਾ ਹੁੰਦਾ, ਸਾਈਡ ਤੋਂ ਹੋਰ ਹੀ ਲੱਗਦਾ। ਸੋ ਸਾਰੇ ਜਣੇ ਮੈਨੂੰ ਦੱਸ ਦਿਓ ਯਾਰ ਬਾਈ ਕਿੱਦਾਂ ਦਾ ਕੈਮਰਾ ਰੱਖੀਏ, ਠੀਕ ਹੈ ਜੀ। ਸੋ ਜੇ ਵਿਚਲਾ ਵੀ ਮੈਕਸ ਜਿਹਾ ਹੀ ਲੱਗਦਾ ਹੁੰਦਾ, ਮੈਂ ਕਿਤੇ ਕਿਤੇ ਐਂ ਵਿਚਲਾ ਵੀ ਵਿਊ ਦਿਖਾ ਦਈਦਾ, ਫਿਰ ਸਾਈਡ ਤੋਂ ਵੀ ਐਂ ਟਰੈਕਟਰ ਦਿਖਦਾ ਰਹਿੰਦਾ ਜੇ ਭੱਜਿਆ ਜਾਂਦਾ, ਪਰ ਉਵੇਂ ਰੀਅਲਿਸਟਿਕ ਹੀ ਨਹੀਂ ਲੱਗਦੀ, ਐਂ ਰੀਅਲਿਸਟਿਕ ਲੱਗਦੀ ਆ, ਮਤਲਬ FPP। ਲਓ ਵੀ ਮਿੱਤਰੋ, ਅੱਜ ਕਰੋ ਫਿਰ ਟੌਪ ਸਪੀਡ ਚੈੱਕ, ਡੈਨਾਸੌਰ ਦੀ ਅਤੇ 50 ਦੇ ਜਾਂਦਾ ਪਿਆ, ਵੱਧਦਾ ਹੀ ਜਾਣਾ ਇਹਨੇ ਤੇਲ, ਵੇਖੋ ਕਹਿੰਦੇ, ਮੈਂ ਕਹਿੰਦਾ ਫੁੱਲ ਖੋਲਿਆ ਵਾ ਇਹ ਤੇਰੀ ਬਾਈ, 75 ਦੀ ਸਪੀਡ ਬਾਈ, ਕਿਆ ਬਾਤ ਆ। ਸਾਨੂੰ ਆਵਾਜ਼ ਥੋੜ੍ਹੀ ਘੱਟ ਆਉਂਦੀ ਪਈ ਹੋਊਗੀ ਟਰੈਕਟਰ ਦੀ, ਇਹ ਵਿੱਚ ਜਦੋਂ ਹੋ ਜਾਂਦਾ ਨਾ ਉਦੋਂ ਘੱਟ ਆਉਂਦੀ ਹੈ। ਸੋ ਆ ਰਹੀ ਮਿੱਤਰੋ ਆਪਣਾ ਡੈਰੀ ਫਾਰਮ, ਅਤੇ ਇੱਥੇ ਵੀ ਤੁਹਾਨੂੰ ਦਿਖਾਵਾਂਗੇ, ਬਾਅਦ 'ਚੋਂ ਆਵਾਂਗੇ, ਠੀਕ ਹੈ ਜੀ, ਕਿਸੇ ਅਗਲੀ ਵੀਡੀਓ ਦੇ ਵਿੱਚ ਆਵਾਂਗੇ। ਅਤੇ ਤੁਹਾਨੂੰ ਸਾਰਾ ਪ੍ਰੋਜੈਕਟ ਦਿਖਾਵਾਂਗੇ, ਕਿਵੇਂ ਚੱਲਦਾ ਪਿਆ, ਦੁੱਧ ਦੁੱਧ ਦਈ ਜਾਂਦੀਆਂ ਕਿ ਨਹੀਂ, ਕਿ ਫੰਡ ਰਹੀ ਆ। ਸੋ ਸਾਰਾ ਪ੍ਰੋਜੈਕਟ ਤੁਹਾਨੂੰ ਦਿਖਾਵਾਂਗੇ ਅਤੇ ਕੇਰਾਂ ਚੱਲਦੇ ਆ ਮਿੱਤਰੋ। ਆਪਾਂ ਅੱਜ ਵਾਲਾ ਮਿਸ਼ਨ ਆਪਣਾ ਪੂਰਾ ਕਰ ਲਈਏ, ਬਾਏ ਦੇ ਵੇ ਮਿੱਤਰੋ, ਇਸ ਸਾਲ ਦੀ ਆਪਣੀ ਇਹ ਲਾਸਟ ਵੀਡੀਓ। ਅਤੇ ਹੈਪੀ ਨਿਊ ਈਅਰ ਬਾਈ ਸਾਰਿਆਂ ਨੂੰ, ਨਵਾਂ ਸਾਲ ਆਉਣ ਵਾਲਾ, ਠੀਕ ਹੈ ਜੀ। ਕੁਛ ਚਾਹੀਦਾ ਕੰਮ ਕਰਿਓ, ਮੇਰੇ ਵਾਂਗੂ ਇੱਕੋ ਕੰਮ 'ਚ ਨਾ ਲੱਗੇ ਰਹੋ। ਸੋ ਮਿੱਤਰੋ, ਹੁਣ ਤੱਕ ਜਿੰਨੀ ਕਿ ਤੁਸੀਂ ਵੀਡੀਓ ਵੇਖੀ ਹੈ ਅਤੇ ਮੇਰਾ ਕੈਮਰਾ ਥੋੜ੍ਹਾ ਜਿਹਾ ਲੈਗ ਕਰਦਾ ਹੋਊਗਾ ਯਾਰ, ਮੈਂ ਕਰ ਲੈਂਦਾ ਉਹਨੂੰ ਕੁਆਲਿਟੀ ਮੋਡ ਦੇ ਵਿੱਚ, ਬਲਰ ਬਲੂਰ ਆਉਣ ਕਿ ਪਿੱਛੋਂ ਐਂ ਬਲਰ ਬਲੂਰ ਦੇਖੇ, ਠੀਕ ਹੈ, ਸੋਹਣਾ ਲੱਗੇ, ਉਹਦੇ ਕਰਕੇ ਲੈਗ ਜਾਂ ਹੋਣ ਲੱਗ ਜਾਂਦਾ। ਸੋ ਮੈਂ ਹੁਣ ਦੇਖਿਆ ਯਾਰ, ਹੋਈ ਜਾਂਦਾ ਜੀ ਫਿਰ, ਅੱਜ ਪਤਾ ਨਹੀਂ ਮਿੱਤਰੋ ਕੀ ਚੱਕਰ ਆ, ਇਹ ਵੀ ਜਲਦੀ ਸੈੱਟ ਕਰਾਂਗੇ। ਲਓ ਵੀ ਮਿੱਤਰੋ, ਆਪਣੀ ਮਸ਼ੀਨ ਵੀ ਆ ਗਈ ਆਲੂ ਵਾਲੀ, ਅਤੇ ਟਰਾਲਾ ਵੀ ਆ ਗਿਆ, ਕਿਆ ਬਾਤ ਆ ਬਾਈ, ਟਰਾਲਾ ਦਾ ਬਾਈ ਫਿਰਾ ਯਾਰ, ਆਪਣੇ ਦੂਜੇ ਟਰਾਲੇ ਵਰਗਾ ਹੀ ਆ, ਠੀਕ ਹੈ ਜੀ। ਅਤੇ ਇਹਨੂੰ ਪਾਉਂਦੇ ਆ ਇਹਦੇ ਮਗਰ, ਠੀਕ ਹੈ ਜੀ, ਪਾ ਗੁੱਲਾ ਹੈ ਪਿਆ, ਇੱਥੇ ਰੱਖ ਪੱਲੇ ਤੇਰੇ। ਅਤੇ ਪਾਈਪਾਂ ਪੁੱਪਾਂ ਕਰਦੇ ਹਾਂ ਕਰੈਕਟ, ਅਤੇ ਹੁਣ ਚੱਲਦੇ ਹਾਂ ਮਿੱਤਰੋ, ਜਾ ਕੇ ਆਪਾਂ ਲੈ ਕੇ ਆਉਂਦੇ ਹਾਂ ਆਲੂ।
ਤੇ ਆਲੂ ਵਾਲੀਆਂ ਬੋਰੀਆਂ ਇਹਦੇ 'ਚ ਆਪਾਂ ਲੱਦ ਲਿਆਉਣੀਆਂ ਬੀਜ ਜਿੰਨਾ ਚਾਹੀਦਾ ਹੋਊਗਾ ਵਰਤੀ ਜਾਵਾਂਗੇ ਯਾਰ। ਤੋ ਮਿੱਤਰੋ ਹੁਣ ਆਪਾਂ ਚੱਲਿਆ ਕੋਲਡ ਸਟੋਰ, ਇੱਥੇ ਏਜੰਸੀ ਦੇ ਨੇੜੇ ਹੀ ਆ ਮਿੱਤਰੋ ਕੋਲਡ ਸਟੋਰ ਜਾ ਵੀ, ਤੇ ਜਿੱਥੋਂ ਆਪਾਂ ਆਲੂਆਂ ਦਾ ਆਪਣਾ ਬੀਜ ਰੱਖਿਆ ਵਾ ਸੀ ਉੱਥੋਂ ਲੈ ਕੇ ਆਉਣਾ, ਤੇ ਕਹਿੰਦੇ ਕਿਆ ਬਾਤ ਆ ਇੱਥੇ ਦਾ ਬਾਈ ਪੌਲ ਆ ਗਿਆ ਬਾਈ, ਬਾਹਲਾ ਡਾਂਟ ਪਊਗਾ ਮਿੱਤਰੋ। ਇੱਥੋਂ ਦੇਖਦੇ ਆ ਕਿਵੇਂ ਜੇ ਬਣਦਾ ਹਿਸਾਬ ਕਿਤਾਬ, ਠੀਕ ਹੈ। ਅਤੇ ਬਸ ਬਚਾ ਕੇ ਜੇ ਆਪਾਂ ਇੱਥੋਂ ਦੀ ਕੱਢ ਚੱਲਾਂਗੇ, ਅੱਗਾ ਉੱਗਾ ਤਾਂ ਨਹੀਂ ਚੱਕਦਾ, ਬਸ ਖਿੱਚ ਲਏ ਟਰਾਲੇ ਨੂੰ। ਲਓ ਵੀ ਮਿੱਤਰੋ ਪਹੁੰਚ ਗਏ ਕੋਲਡ ਸਟੋਰ, ਅਤੇ ਇੱਥੇ ਮੈਂ ਭਰ ਲਾਂ ਟਰਾਲਾ, ਠੀਕ ਹੈ ਜੀ, ਕਰ ਲਾਂ ਫੁੱਲ ਲੋਡ, ਅਤੇ ਫਿਰ ਤੁਹਾਨੂੰ ਮਿਲਦਾ ਮੈਂ ਮਿੰਟੋ ਮਿੰਟ ਹੀ। ਲਓ ਵੀ ਮਿੱਤਰੋ ਟਰਾਲਾ ਕਰਤਾ ਫੁੱਲ ਲੋਡ ਬੰਦਿਆਂ ਨੇ, ਅਤੇ ਕਹਿੰਦੇ ਕਿਆ ਹੀ ਬਾਤ ਆ, ਕਹਿੰਦੇ ਸਿਰਾਂ ਬੋਰੀਆਂ ਬਾਰੀਆਂ ਟਕਾ ਕੇ ਰੱਖ ਤੇ, ਕਹਿੰਦੇ ਹੁਣ ਆਪਾਂ ਹੌਲੀ ਹੌਲੀ ਜਾਵਾਂਗੇ ਅਤੇ ਦੇਖਦੇ ਆ ਡਾਇਨਾਸੌਰ ਖਿੱਚਦਾ ਕਿ ਨਹੀਂ, ਜ਼ੋਰ ਜ਼ੋਰ ਵਾਹਵਾ ਲੱਗੂਗਾ ਅਤੇ ਬੈਠ ਕੇ ਮਾਰ ਗਏ ਸੈਲਫ। ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਕਿਆ ਬਾਤ ਹੈ, ਇਹ ਬੱਲੇ ਰੇਸ ਰੇਸ ਤਾਂ ਦੇਣੀ ਮਤਲਬ ਕੰਪਲਸਰੀ ਆ। ਲਓ ਵੀ ਮਿੱਤਰੋ ਦੇਖੀਏ ਤੋਰ ਕੇ, ਅਤੇ ਇਹ ਉਹ ਬੱਲੇ 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 ਸਿਰਾ 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 ਬਾਈ, ਆਰਾਮ ਨਾਲ ਹੀ ਤੁਰ ਪਿਆ ਦੂਜਾ ਹਾਈ, ਕਿਆ ਬਾਤ ਹੈ, ਡਾਇਨਾਸੌਰ ਸਿਰਾ ਕਰਾਈ ਜਾਂਦਾ ਅੱਜ, ਪਤਾ ਨਹੀਂ ਕਿਸ ਹਿਸਾਬ ਨਾਲ ਮਿੱਤਰੋ। ਬਾਈ ਬਾਈ ਪਲਟਾ ਤਾ ਸੀ ਬਾਈ, ਓਏ ਬਚ ਗਏ ਬਾਈ ਮਿੱਤਰੋ, ਜੇ ਮੈਂ ਟਾਈਮ 'ਤੇ ਨਾ ਦੇਖਦਾ ਨਾ ਤਾਂ ਬਸ, ਜੇ ਵਿਚਲਾ ਕੈਮਰਾ ਹੁੰਦਾ ਫਿਰ ਤਾਂ ਉਦੋਂ ਹੀ ਪਤਾ ਲੱਗਣਾ ਸੀ ਕਿ ਟਰਾਲਾ ਪਲਟ ਗਿਆ, ਮਗਰ ਤਾਂ ਡੈੱਕ ਲੱਗਾ ਏਡਾ ਦੀਂਦਾ ਹੀ ਨਹੀਂ। ਲਓ ਵੀ ਮਿੱਤਰੋ ਦੇਖੋ ਫਿਰ ਭਾਈ ਦਾ ਡਾਇਨਾਸੌਰ, ਕਹਿੰਦੇ ਕਿਆ ਬਾਤ ਹੈ, ਟਰਾਲੀ ਫੁੱਲ ਲੱਦੀ ਵੀ ਹੈ, ਜ਼ੋਰ ਤਾਂ ਕਹਿੰਦੇ ਲੱਗਦਾ ਹੀ ਨਹੀਂ ਪਿਆ ਟਰੈਕਟਰ ਦਾ, ਸਹੀ ਬਣੇ ਦੇਖਿਆ ਜਾਵੇ ਟਰਾਲਾ ਲੰਮਾ ਹੁੰਦਾ ਨਾ ਫਿਰ ਜ਼ੋਰ ਲੱਗਣਾ ਸੀਗਾ, ਫੁੱਲ ਭਰਿਆ ਮਤਲਬ ਹੁਣ ਵੀ ਫੁੱਲ ਹੀ ਭਰਿਆ, ਹੋਰ ਉਹ 'ਚ ਬੋਰੀਆਂ ਹੁੰਦੇ ਕਰਦਾ, ਆਓ ਵੇ ਦੇਖੋ ਚੱਕਰ ਜੇ ਤੋੜਦਾ ਮਿੱਤਰੋ। ਆਹ ਵਾਹਣ ਚੈੱਕ ਕਰੋ, ਇਹ ਵਾਹਣ ਵਾਹ ਕੇ ਸਾਰਾ ਓਕੇ ਕੀਤਾ ਪਿਆ ਵਾ, ਅਤੇ ਪਈ ਦੇ ਥੋੜ੍ਹਾ ਜਿਹਾ ਟਰੈਕਟਰ ਦਾ ਜ਼ੋਰ ਲੱਗਦਾ ਮਿੱਤਰੋ, ਥੋੜ੍ਹੇ ਜਿਹੇ ਗੱਟੇ ਮੈਂ ਵਿਹਲੇ ਕਰਤੇ ਆ, ਥੋੜ੍ਹੇ ਵਾਹਣ ਦੇ ਵਿੱਚ ਲਾ ਕੇ ਰੱਖਤੇ ਜਿਹੜੇ ਆਪਾਂ ਬੀਜ ਦੇ ਤੌਰ 'ਤੇ ਵਰਤਣੇ ਆ, ਠੀਕ ਆ, ਅਤੇ ਬਾਕੀ ਕੁਛ ਆਪਾਂ ਆਪਦੇ ਯਾਰਾਂ ਬੇਲੀਆਂ ਨੂੰ ਵੀ ਦੇਣਾ ਬੀਜ, ਉਹਨਾਂ ਦਾ ਵੀ ਵਿੱਚ ਸਾਂਝਾ ਸੀਗਾ, ਸੋ ਆਹ ਟਰਾਲਾ ਫੁੱਲ ਲੱਦਿਆ ਵਾ, ਸਾਂਝਾ ਜਿਹਾ ਬੀਜ ਹੈ, ਠੀਕ ਆ ਜੀ, ਅਤੇ ਇਹਨੂੰ ਟਰਾਲੇ ਨੂੰ ਲਾ ਦਿੰਦੇ ਆਪਾਂ ਅੰਦਰ ਆਪਣੇ ਉੱਥੇ, ਅਤੇ ਬਾਈ ਮੈਂ ਕਹਿੰਦਾ ਚੈੱਕ ਕਰਿਓ ਉੱਥੇ ਢੇਰ ਲਾਇਆ ਪਿਆ ਆਲੂਆਂ ਦਾ, ਅਤੇ ਹੁਣ ਬਾਈ ਜ਼ੋਰ ਲੱਗਦਾ ਇੱਥੇ, ਪਈਆਂ 'ਤੇ ਜ਼ੋਰ ਵੀ ਲੱਗਦਾ ਟਰੈਕਟਰ ਦਾ ਥੋੜ੍ਹਾ ਜਿਹਾ, ਅਤੇ ਅੱਗਾ ਵੀ ਚੱਕਦਾ ਵਾ, ਅਤੇ ਹੁਣ ਆਪਾਂ ਜਾ ਕੇ ਆਮ ਟਰਾਲੀ ਲਾ ਦਈਏ ਇੱਥੇ, ਠੀਕ ਹੈ ਜੀ, ਵੱਡੇ ਟਰਾਲੇ ਕੋਲ ਲਾ ਦਿੰਦੇ ਆਪਣੇ, ਵੱਡਾ ਟਰਾਲਾ ਅੰਦਰ ਲੱਗਾ ਚੱਲ ਇਹਨੂੰ ਬਾਹਰ ਹੀ ਖੜਾ ਦਿੰਦੇ ਕਿਹੜਾ, ਅਤੇ ਜਾ ਕੇ ਮੈਂ ਲੈ ਕੇ ਆਉਂਦਾ ਬੀਜਣ ਵਾਲੀ ਮਸ਼ੀਨ, ਅਤੇ ਮਿੰਟੋ ਮਿੰਟ ਹੀ ਬੀਜ ਦੇ ਗਏ। ਲਓ ਵੀ ਮਿੱਤਰੋ ਕਹਿੰਦੇ ਪਹੁੰਚ ਗਏ ਏਜੰਸੀ ਦੇ ਵਿੱਚ, ਅਤੇ ਇੱਥੋਂ ਪਾਈਏ ਬਾਈ ਆਲੂ ਵਾਲੀ ਮਸ਼ੀਨ, ਅਤੇ ਮਿੰਟੋ ਮਿੰਟ ਹੀ ਪਹੁੰਚੀਏ ਖੇਤ ਬਾਈ, ਅਤੇ ਕਿਉਂਕਿ ਸ਼ੁਰੂ ਕਰਕੇ ਵੈਸੇ ਹੀ ਵੀ ਆਪਣੇ ਪਤਾ ਨਹੀਂ ਕਿਹੜੀ ਰੁੱਤ ਦੇ ਆਲੂ ਆ ਬਾਈ, ਇਹ ਮੈਨੂੰ ਤਾਂ ਇਹ ਵੀ ਨਹੀਂ ਪਤਾ, ਅਤੇ ਵੇਟ ਬੂਟ ਤਾਂ ਨਹੀਂ ਪਾਉਣ ਦੀ ਲੋੜ, ਵੇਟ ਤਾਂ ਮੇਰੇ ਸਾਰਾ ਨਾ ਪਾਉਣ ਦੀ ਲੋੜ ਹੀ ਹੋਊਗੀ, ਅਤੇ ਇਹ ਮੈਂ ਤੁਹਾਨੂੰ ਦੱਸਦਾ ਮਿੱਤਰੋ, ਇਹ ਲੈ ਕੇ ਜਾਂਦੀ ਹੈ ਇੱਕ ਵਾਰੀ ਦੇ ਵਿੱਚ 8 ਉਰੇ, ਸੋ 8 ਆਲੂਆਂ ਦੀਆਂ 8 ਵੱਟਾਂ ਬਣਾਉਂਦੀ ਇਹ ਇੱਕ ਵਾਰੀ ਦੇ ਵਿੱਚ, ਬਹੁਤ ਘੈਂਟ ਮਸ਼ੀਨ ਆ। ਇੱਕ ਆਪਣੇ ਕੋਲ ਛੋਟੀ ਮਸ਼ੀਨ ਵੀ ਹੈਗੀ ਆ, ਉਹ ਵੀ ਆਪਾਂ ਖਰੀਦ ਸਕਦੇ ਹਾਂ ਗੇਮ ਦੇ ਵਿੱਚ, ਪਰ ਮੈਂ ਕਿਹਾ ਯਾਰ ਉਹ ਛੱਡ ਗਏ, ਵੱਡੀ ਮਸ਼ੀਨ ਹੀ ਲੈਂਦੇ ਹਾਂ, ਇਹਦੇ 'ਚ ਕਿਹੜਾ ਹੀ 10 ਕੱਟੇ ਤਾਂ ਆਲੂਆਂ ਦੇ ਪੈ ਜਾਣੇ ਆ, ਅਤੇ ਉਦੋਂ ਬਾਅਦ ਬਸ ਉੱਡੀ ਹੀ ਜਾਣੀ ਮਸ਼ੀਨ, ਅਤੇ ਮੈਂਟੋਮੈਂਟ ਹੀ ਲੈ ਚੱਲੀਏ ਖੇਤ, ਵਾਹ ਵੂ ਕੇ ਮੈਂ ਓਕੇ ਕਰਤਾ ਹੀ ਵਾਹਣ, ਅਤੇ ਜੇ ਤੁਸੀਂ ਕਹੋਗੇ ਤਾਂ ਕਿਸੇ ਦਿਨ ਆਪਾਂ ਵੀਡੀਓ ਦੇ ਵਿੱਚ ਐਂ ਵਾਹਣ ਆਪਾਂ ਤਵੀਆਂ ਤੁਵੀਆਂ ਹਲ ਹੁਲ ਚੈੱਕ ਕਰਾਂਗੇ ਟਰੈਕਟਰਾਂ ਦੇ ਨਾਲ। ਸੋ ਮੈਂ ਦੁਬਾਰਾ ਫਿਰ ਕਹਿੰਦਾ ਪਿਆ ਮਿੱਤਰੋ, ਐਚ ਜੀ ਗੇਮਿੰਗ ਚੈਨ, ਐਚ ਜੀ ਸ਼ੋਰਟਸ, ਆਹ ਤਾਂ ਇਹ ਐਚ ਜੀ ਗੇਮਿੰਗ ਤਾਂ ਆਪਣਾ ਲਾਈਵ ਸਟ੍ਰੀਮ ਵਾਲਾ ਚੈਨਲ ਆ, ਅਤੇ ਜਿਹੜਾ ਆਪਣਾ ਹੈਪੀ ਗੋਲਡ ਸਮਿਥ ਆ, ਇਹ 'ਤੇ ਵੀਡੀਓ ਆਇਆ ਕਰਨੀਆਂ, ਹੋਰ ਵੀ ਆਉਣਗੀਆਂ ਫਿਊਚਰ ਦੇ ਵਿੱਚ। ਸੋ ਮਿੱਤਰੋ ਜਲਦੀ ਜਲਦੀ ਜਾ ਕੇ, ਠੀਕ ਹੈ ਜੀ, ਸਬਸਕ੍ਰਾਈਬ ਕਰ ਲਓ ਆਪਣੇ ਸਾਰੇ ਹੀ ਚੈਨਲ, ਜੇ ਤੁਸੀਂ ਆਪਣਾ ਚੈਨਲ ਖੋਲੋਗੇ ਨਾ ਹਾਲਾ, ਅਤੇ ਇਹਦੇ ਥੱਲੇ ਤਿੰਨੇ ਚੈਨਲ ਆ ਜਾਣਗੇ ਆਪਣੇ ਦੂਜੇ ਦੋਨੇ ਵੀ, ਅਤੇ ਜਾ ਕੇ ਚੈੱਕਆਊਟ ਕਰ ਲਓ, ਇੱਕ 'ਤੇ ਤਾਂ ਲਾਈਵ ਆ ਕੇ ਗੇਮ ਗੂਮ ਖੇਡਦੇ ਹੁੰਦੇ ਆ, ਅਤੇ ਐਚ ਜੀ ਸ਼ੋਟ ਵਾਲਾ ਜ਼ਰੂਰ ਕਰਿਓ ਯਾਰ। ਬਾਕੀ ਵੱਡੀ ਉਮੀਦ ਤਾਂ ਮਿੱਤਰੋ ਮੈਂ ਆਹ ਵੀਡੀਓ ਦੇ ਨਾਲ ਨਾਲ ਪਾ ਹੀ ਦਿੱਤੀ ਹੋਊਗੀ ਵੀਡੀਓ ਉਸ ਚੈਨਲ 'ਤੇ, ਅਤੇ ਜੇ ਕੀ ਕਹਿੰਦੇ ਹੁੰਦੇ ਆ ਹਜੇ ਨਹੀਂ ਵੀ ਆਈ ਤਾਂ 4-5 ਘੰਟੇ 5-6 ਘੰਟੇ ਮਤਲਬ ਵੇਟ ਕਰ ਲਓ, ਅਤੇ ਵੀਡੀਓ ਆ ਜੂਗੀ, ਪ੍ਰੋਪਰ ਤਰੀਕੇ ਨਾਲ ਦੱਸੂਗਾ ਕਿ ਮੋੜ ਕਿਵੇਂ ਲੱਗਦੇ ਆ ਗੇਮ ਦੇ ਵਿੱਚ, ਮਤਲਬ ਆਪਣੇ ਟਰੈਕਟਰ ਕਿਵੇਂ ਪੈਣਗੇ ਐਡ ਹੋਣਗੇ ਵਿੱਚ, ਅਤੇ ਗੇਮ ਕਿਵੇਂ ਡਾਊਨਲੋਡ ਹੋਊਗੀ। ਮੋਬਾਈਲ ਵਾਲੀ ਗੇਮ ਦਾ ਇੰਨਾ ਮੈਨੂੰ ਨਹੀਂ ਪਤਾ, ਪਰ ਫਿਰ ਵੀ ਮੈਂ ਤੁਹਾਨੂੰ ਵਾਧੂ ਸਾਰਾ ਦੱਸ ਦੂੰਗਾ। ਲਓ ਵੀ ਮਿੱਤਰੋ ਚੈੱਕ ਕਰੋ ਆਪਣੇ ਆਲੂ, ਕਹਿੰਦੇ ਮੈਂ ਕਹਿੰਦਾ ਸਿਰਾ ਹੀ ਹੈ, ਚਿੱਟੇ ਆਲੂ ਬੀਜੇ ਜਾ ਰਹੇ ਨੇ, ਅਤੇ ਮਸ਼ੀਨ ਦੇ ਵਿੱਚ ਵੀ ਭਰ ਲਿਆ ਮਿੱਤਰੋ ਵੀ
ਤੇ ਕਰ ਗਏ ਟਰੈਕਟਰ ਸਟਾਰਟ। ਤੇ ਆ ਮਿੱਤਰੋ ਰੇਹ ਜੀ ਪਈ ਆ ਥੋੜੀ ਜੀ, ਤੇ ਪਰਲੇ ਵਾਹਨ ਦੇ ਵਿੱਚ ਬੀਜਣਾ ਸ਼ੁਰੂ ਕਰਦੇ ਆ। ਤੇ ਉਹਦੇ ਚ ਅੱਜ ਤੁਹਾਨੂੰ ਬੀਜ ਕੇ ਦਿਖਾਉਂਦੇ ਆ ਆਲੂ, ਤੇ ਰੇਹ ਰੂ ਪਾਈ ਵੀ ਆ ਮਿੱਤਰੋ ਵਿੱਚ, ਆਪਣੀ ਕੀ ਕਹਿੰਦੇ ਹੁੰਦੇ ਆ ਮੁਰਗੀਆਂ ਵਾਲੀ ਵੀ ਪਾਈ ਵੀ ਹੈ। ਠੀਕ ਹੈ ਜੀ, ਮੁਰਗੀਆਂ ਵੀ ਵੈਸੇ ਆਪਾਂ ਰੱਖਣੀਆਂ ਵਾ। ਠੀਕ ਆ, ਲਓ ਵੀ ਮਿੱਤਰੋ ਮਸ਼ੀਨ ਨੂੰ ਕਰ ਲਗੇ ਅਨਫੋਲਡ। ਆਏ ਹਾਏ ਹਾਏ, ਕਿਆ ਬਾਤ ਹੈ, ਤਰੀਕੇ ਨਾਲ ਹੁੰਦੀ ਆ ਬਾਈ। ਲਓ ਵੀ ਮਿੱਤਰੋ ਹੋ ਗਈ ਮਸ਼ੀਨ ਜੀ ਦਾ ਮੈਂ ਕਹਿੰਦਾ ਸੈੱਟ ਬਾਈ। ਹੁਣ ਦੇਖੋ ਬਾਈ, ਇੱਕ ਵਾਰੀ ਜੇ ਇਹਦਾ ਆਪਣਾ ਮਤਲਬ ਕੰਮ ਮਿੰਟੋ ਮਿੰਟ ਹੀ ਨਿਬੇੜ ਦੂਗੀ। ਤੇ ਕਰੀਏ ਥੱਲੇ ਲੈਫਟ, ਚੱਲ ਬਾਈ ਬੱਲੇ ਤੇਰੇ, ਕਿਆ ਬਾਤ ਹੈ ਕਿਆ ਬਾਤ ਹੈ, ਮਸ਼ੀਨ ਮੈਂ ਕਹਿੰਦਾ ਸਿਰਾ ਚੱਲਦੀ ਆ। ਅਤੇ ਅੱਜ ਮਿੱਤਰੋ ਆਪਾਂ ਘੋੜੇ ਵੀ ਲੈ ਕੇ ਆਉਣੇ ਆ। ਠੀਕ ਹੈ ਜੀ, ਘੋੜੇ ਆਪਾਂ ਔਨਲਾਈਨ ਔਡਰ ਹੀ ਮਾਰ ਲੈਣਾ, ਤਬੇਲਾ ਜਿਹਾ ਲਾ ਕੇ। ਠੀਕ ਹੈ ਜੀ, ਇਹ ਸ਼ਾਮ ਨੂੰ ਗਿੜੀ ਕੱਢਿਆ ਕਹਿੰਦਾ ਦਗੜ ਦੂੰ ਦਗੜ ਦੂੰ ਦਗੜ ਦੂੰ, ਨਜ਼ਾਰਾ ਆਇਆ ਕਰੂ। ਆਹ ਦੇਖੋ ਮਿੱਤਰੋ, ਹੁਣ ਮਾੜਾ ਤੁਹਾਨੂੰ ਮੈਂ ਉੱਤਰ ਕੇ ਦਿਖਾ ਦਿੰਦਾ ਕਿਵੇਂ ਚੱਲਦੀ ਆ ਮਸ਼ੀਨ। ਆਹ ਦੇਖੋ ਬਾਈ, ਕਿਹੜੀ ਕੰਪਨੀ ਦੀ ਆ ਇਹ, ਗ੍ਰੈਮੀ ਗਰੂਮੀ ਕੰਪਨੀ ਦੀ ਆ ਮਿੱਤਰੋ ਮਸ਼ੀਨ। ਆਹ ਮਗਰੋਂ ਵੱਟਾਂ ਨੂੰ ਪੂਰਾ ਸੈੱਟ ਕਰਨ ਵਾਸਤੇ, ਸ਼ੇਪ ਦੇਣ ਵਾਸਤੇ, ਆਹ ਵਿੱਚ ਫਾਲੇ ਆ, ਅਤੇ ਆਲੂ ਉਲੂ ਵਿੱਚ ਹੀ ਵੀ ਡਿੱਗੀ ਜਾਂਦਾ। ਅਤੇ ਕਿਆ ਬਾਤ ਹੈ ਬਾਈ ਯਾਰ, ਕਿੰਨੀਆਂ ਸੋਹਣੀਆਂ ਵੱਟਾਂ ਬਣਦੀਆਂ ਪਈਆਂ ਮਿੱਤਰੋ। ਅਤੇ ਇੱਕ ਵਾਰੀ ਦੇ ਵਿੱਚ ਕਿੰਨੀਆਂ ਵੱਟਾਂ ਬਣ ਰਹੀਆਂ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅਤੇ ਅੱਠ, ਅੱਠਵੀਂ ਆਹ ਵੱਟ। ਐਂ ਪੂਰਾ ਬਾਈ ਸਿਰਾ ਕੰਮ ਆ ਮਸ਼ੀਨ ਦਾ, ਕਿਆ ਬਾਤ ਹੈ ਯਾਰ ਕਿਆ ਬਾਤ ਹੈ। ਤੋ ਇੱਥੇ ਸ਼ੀਸ਼ਾ ਲੱਗਿਆ ਵਾ ਮਿੱਤਰੋ, ਦੇਖੋ ਇਕੱਲਾ ਇਕੱਲਾ ਆਲੂ ਵਿੱਚ ਟੈਕ ਕੇ ਆਉਂਦਾ ਅਤੇ ਫਿਰ ਵਿੱਚ ਡਿੱਗਦਾ ਹੈ, ਕਿਆ ਬਾਤ ਹੈ ਬਾਈ, ਘੈਂਟ ਲੱਗਦੀ ਪਈ ਆ ਮਸ਼ੀਨ ਤਾਂ। ਅਤੇ ਇੱਥੇ ਆਪਾਂ ਲਾ ਦਿੰਦੇ ਹਾਂ ਵਰਕਰ, ਅਤੇ ਵਰਕਰ ਆ ਬਾਈ ਮਿੰਟੋ ਮਿੰਟ ਇਨਵੇਟ ਦੀ ਕੰਮ। ਗਾਣੇ ਹੀ ਨਾ ਸੁਣੀ ਜਾਈ ਹੋਰ ਡੈੱਕ ਚਲਾ ਕੇ, ਕਹਿੰਦਾ ਹੋਰ ਚਾਚਾ ਜੀ ਮੈਂ ਤਾਂ ਛੁਣੂਗਾ ਛੁਣੂਗਾ ਛੁਣੂਗਾ, ਉਹ ਗੱਲ ਨਾ ਕਰੀ ਜਾਵੇ ਇਹ, ਗਾਣੇ ਹੀ ਸੁਣੀ ਜਾਵੇ। ਅਤੇ ਮਿੰਟੋ ਮਿੰਟ ਹੀ ਬੀਜ ਦੇ ਮਿੱਤਰਾ। ਲਓ ਵੀ ਮਿੱਤਰੋ, ਬੀਜ ਤਾਂ ਪੈ ਜਾਣਾ ਚੰਗਾ ਵਾਹਣ ਦੇ ਵਿੱਚ, ਅਤੇ ਵਧੀਆ ਆਲੂ ਉਲੂ ਹੋ ਜਾਣਗੇ ਆਪਣੇ। ਅਤੇ ਗੰਨਾ ਵੀ ਲਾ ਸਕਦੇ ਹਾਂ ਆਪਾਂ, ਸਾਰੀਆਂ ਫਸਲਾਂ ਹੀ ਲਾ ਸਕਦੇ ਹਾਂ ਬਿਨਾਂ ਪੋਪੀ ਸੀਡ। ਬਾਈ ਬਣ ਕੇ ਕਮੈਂਟ ਨਾ ਕਰਿਓ। ਅਤੇ ਘੈਂਟ ਬਾਈ ਘੈਂਟ, ਇੱਧਰ ਆਪਾਂ ਕੀ ਕਹਿੰਦੇ ਹੁੰਦੇ ਆ ਕਣਕ ਲਾਈ ਵੀ ਆ, ਤੁਹਾਨੂੰ ਕਣਕ ਦੀ ਵੀ ਦਿਖਾ ਦਿੰਦੇ ਹਾਂ, ਗਰੋਥ ਚੰਗੀ ਹੋਈ ਜਾਂਦੀ ਆ ਮਿੱਤਰੋ, ਕਿਆ ਬਾਤ ਹੈ, ਗਰੋਇੰਗ ਹੈ ਗਰੋਇੰਗ ਆ ਹਜੇ ਵੀ। ਤਾਂ ਮਿੱਤਰੋ ਚੈੱਕ ਕਰੋ ਫਰਟੀਲਾਈਜ਼ਰ ਵੀ, ਮੈਂ ਕਹਿੰਦਾ ਫੁੱਲ ਰੇਹ ਰੂਪ ਪਾ ਕੇ ਜਿਵੇਂ ਇਹ ਸਿਰਾ ਕੀਤਾ ਪਿਆ, ਜੀਲਡ ਬੋਨਿਸ ਜਿਹੜਾ ਆਪਾਂ ਨੂੰ 100% 96% ਦਾ ਆਊਗਾ, ਕਿਆ ਬਾਤ ਹੈ ਬਾਈ, ਸੋਹਣੀ ਆ ਕਣਕ ਤਾਂ। ਅਤੇ ਇਹਦੇ 'ਤੇ ਆਪਾਂ ਕੀ ਕਹਿੰਦੇ ਹੁੰਦੇ, ਯੂਰੀਆ ਪਾਤੀ, ਸਪਰੇ ਕਰਤੀ, ਪੈਸਟੀਸਾਈਡ ਸੂਈਡ, ਵੈਸੇ ਤਾਂ ਘੱਟ ਯੂਜ਼ ਕਰਨੇ ਚਾਹੀਦੇ ਆ, ਪਰ ਫਿਰ ਵੀ ਜਿੰਨੇ ਕੁ ਮਤਲਬ ਘੱਟੋ ਘੱਟ ਕਰ ਸਕਦੇ ਉਹਨੇ ਕਰਤੇ। ਅਤੇ ਹੁਣ ਆਪਾਂ ਨਾ ਘਰ ਕੋਲ ਹੀ ਬਣਾਈਏ ਇਹ ਘੋੜੇ ਵਾਲਾ ਤਬੇਲਾ ਜਿਹਾ ਇੱਕ, ਅਤੇ ਫਿਰ ਉੱਥੇ ਆਪਾਂ ਮੰਗਾਉਂਦੇ ਹਾਂ ਘੋੜੇ। ਸੋ ਮਿੱਤਰੋ, ਘੋੜਿਆਂ ਦੇ ਲਈ ਆਪਾਂ ਨੂੰ ਆਹ ਖੁਰਲੀਆਂ ਲਾਉਣੀਆਂ ਪੈਣਗੀਆਂ। ਸੋ ਇੱਥੇ ਲਾ ਦੀਆਂ ਖੁਰਲੀਆਂ, ਓਹੋ ਘੋੜੇ ਦੀ ਆਵਾਜ਼ ਵੀ ਨਹੀਂ ਆਉਣ ਦਿੱਤੀ ਪਹਿਲਾਂ ਹੀ। ਸੋ ਜਿੱਧਰ ਆਪਾਂ ਕੀ ਕਹਿੰਦੇ ਹੁੰਦੇ ਆਪਣੇ ਬੀ ਉਹ ਲਾਉਂਦੇ ਹੁੰਦੇ ਝੋਨਾ ਝਾਨਾ, ਠੀਕ ਆ, ਆਪਾਂ ਸਟੋਰ ਕਰਦੇ ਹਾਂ ਇੱਧਰਲੀ ਸਾਈਡ। ਆਏ ਹਾਏ ਕਿਆ ਬਾਤ ਹੈ, ਇਹ ਇਹਨਾਂ ਨੂੰ ਬਸ ਆਪਾਂ ਨੂੰ ਕੀ ਪਾਉਣਾ ਪੈਣਾ, ਪੱਠੇ ਪੁੱਠੇ ਪਾਉਣੇ, ਪੱਠੇ ਨਹੀਂ ਹੋਏ, ਘਾਹ ਘੂ ਜੋ ਵੀ ਖਾਂਦੇ ਹੁੰਦੇ ਆ ਬਾਈ, ਠੀਕ ਹੈ, ਫੀਡ ਫੂਡ ਉਹ ਪਾਉਣੀ ਪਿਆ ਕਰੂ, ਪਾਣੀ ਪਿਆਉਣਾ ਪਿਆ ਕਰਨਾ। ਅਤੇ ਇੱਥੇ ਆਰਾਮ ਨਾਲ ਆਪਣੇ ਘਰ ਤੁਰੇ ਫਿਰਦੇ ਰਿਹਾ ਕਰਨਗੇ, ਕੋਈ ਸ਼ੈੱਡ ਸ਼ੁੱਡ ਦੇ ਵਿੱਚ ਕਿਸੇ ਦੀ ਲੋੜ ਨਹੀਂ। ਸੋ ਆਪਾਂ ਵਛੇਰਾ ਨਾ ਰੱਖ ਲਈਏ ਯਾਰ, ਇੱਕ ਕੀ ਕਹਿੰਦੇ ਹੋ ਗਾਈ, ਮੇਲ ਵਛੇਰਾ ਕਿ ਨਹੀਂ, ਵਛੇਰੀ ਵਛੇਰੀ ਰੱਖਦੇ ਹਾਂ ਮਿੱਤਰੋ, ਐਂ ਚਿੱਟੀ ਕਿ ਕਾਲੀ, ਕਾਲੀ ਘੋੜੀ ਕਾਲੀ ਗੱਡੀ ਕਾਲੀ ਰਫਲ ਦਨਾਲੀ ਨੀ, ਕਾਲੀ ਘੋੜੀ ਨਹੀਂ, ਆਪਾਂ ਵਛੇਰੀ ਰੱਖਦੇ ਹਾਂ ਇੱਕ, ਇੱਥੇ ਰੱਖ। ਲਓ ਵੀ ਮਿੱਤਰੋ ਇਹ ਵੀ ਆ ਗਈ, ਅਤੇ ਇੱਕ ਕਾਲਾ ਘੋੜਾ ਰੱਖਦੇ ਹਾਂ ਆਪਾਂ ਪੂਰਾ ਸਿਰਾ, ਇਹਦੀ ਸਪੀਡ ਸਪੂਡ ਵੇਖਾਂਗੇ ਕਿੰਨਾ ਕੁ ਮਤਲਬ ਐਂ ਭੱਜਦਾ ਪੁੱਜਦਾ ਹੈ ਵੀ ਕਿ ਨਹੀਂ। ਲਓ ਵੀ ਮਿੱਤਰੋ, ਲਓ ਵੀ ਮਿੱਤਰੋ ਆਹ ਆ ਗਏ, ਕਹਿੰਦੇ ਆਏ ਹਾਏ 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 ਕਿਆ ਬਾਤ ਹੈ ਵਛੇਰੀ, ਬੱਲੇ ਤੇਰੀ ਚਾਲ, ਚਾਲ ਚੈੱਕ ਕਰੋ ਮਿੱਤਰ। ਅਤੇ ਆਹ ਆਪਣਾ ਪੂਰਾ ਮੈਂ ਕਹਿੰਦਾ ਸਿਰਾ ਘੋੜਾ, ਕਿਆ ਬਾਤ ਹੈ ਜੀ ਕਿਆ ਬਾਤ ਹੈ। ਇਹ ਉਹ ਵਾਲਾ ਮਿੱਤਰੋ ਜਿਹੜਾ ਇਹ ਕਹਿੰਦਾ ਹੁੰਦਾ ਮੇਲਿਆਂ 'ਚ ਸ਼ੌਂਕ ਆ ਘੋੜੀਆਂ 'ਚ ਨਚਾਉਂਦੇ। ਆਏ ਹਾਏ ਦੇਖੋ ਮਤਲਬ ਚਾਲ ਚੈੱਕ ਕਰੋ ਯਾਰ, ਬੱਲੇ ਤੇਰੀ ਆਲੀ ਚਾਲ ਵੀ ਬਾਈ, ਬੱਲੇ 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 ਬੱਲੇ, ਕਿਆ ਬਾਤ ਹੈ ਬਾਈ, ਨਜ਼ਾਰਾ ਫੁੱਲ ਮਾੜੇ ਭਜਾ ਕੇ ਵੇਖੀਏ। ਲਓ ਵੀ ਮਿੱਤਰੋ ਘੋੜੇ 'ਤੇ ਆਪਾਂ ਚੱਲਦੇ ਹਾਂ ਆਪਣੇ ਖੇਤ, ਮਾੜਾ ਗੇੜਾ ਮਾਰ ਕੇ ਆਈਏ, ਮਾੜੀ ਮੱਠੀ ਮੱਠੀ ਚਾਲ ਹੈ ਬਾਈ, ਤਾਂ ਸੈੱਟ ਸੁੱਟ ਨਾ ਤਾਈ। ਉਹ ਤੇਰੀ ਬਾਈ ਵਛੇਰਾ ਤਾਂ ਮੈਂ ਟ੍ਰੇਨ ਕਰਨਾ ਹੀ ਬਹੁਤ ਔਖਾ ਹੋਊਗਾ, ਉਹਨੇ ਤਾਂ ਉੱਤੇ ਨਹੀਂ ਬਿਠਾਉਣਾ ਪਹਿਲੀ ਵਾਰੀ, ਉਹ ਤਾਂ ਚੱਕ ਕੇ ਥੱਲੇ ਮਾਰਿਆ ਕਰੂਗਾ ਆਪਣੇ ਬੰਦੇ ਨੂੰ। ਚਲੋ ਦੇਖਦੇ ਹਾਂ ਗੇਮ ਦੇ ਵਿੱਚ ਇਹ ਸਿਸਟਮ ਹੈਗਾ ਵੀ ਹੈ ਕਿ ਨਹੀਂ, ਅਤੇ ਪਰ ਯਾਰ ਆਹ ਘੈਂਟ ਹੈ ਯਾਰ, ਕੰਮ ਦਾ ਸਿਰਾ ਯਾਰ।
ਓ ਬੱਲੇ ਓਏ 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 ਥੋੜਾ ਜਿਹਾ ਮਿੱਤਰੋ ਨਵਾਂ ਹਜੇ ਹੱਥ ਨਹੀਂ ਟਿਕਿਆ ਹੈਗਾ। ਆਏ ਹਾਏ ਪੈਰਾਂ ਦੀ ਆਵਾਜ਼ ਵੇਖੋ ਮਿੱਤਰੋ ਕਿੰਨੀ ਘੈਂਟ ਆਉਂਦੀ। ਨਜ਼ਾਰਾ ਬਈ ਨਜ਼ਾਰਾ ਦੇਖੋ ਫਿਰ ਭੱਜ ਲਾ ਹੋਰ ਐ ਘੋੜਿਆ ਚੱਲ। ਲਓ ਜੀ ਮਿੱਤਰੋ ਆ ਗਏ ਖੇਤ ਤੇ ਇੱਥੋਂ। ਤੇਰੀ ਛਾਲ ਬਾਈ ਕਿਆ ਬਾਤ ਹੈ ਕਿਆ ਬਾਤ ਹੈ, ਘੋੜਿਆਂ ਦੇ ਟੋਚਾ ਨਾ ਪਵਾ ਦੇ ਧੱਕਾ ਹੋਈ ਜਾਂਦਾ। ਮਿੱਤਰੋ ਇੱਧਰ ਦੇਖੋ ਆਪਣਾ ਇਹ ਬੰਦਾ ਕੰਮ ਆ ਬਹੁਤ ਤਕੜਾ ਯਾਰ। ਦੇਖੋ ਡਰਾਈਵਰ ਹੀ ਦੇਖੋ ਬਈ ਇਕੱਲਾ ਇਕੱਲਾ ਗੱਜ ਅਰਕੇ ਹੋਲੇ ਕੱਢਦਾ ਜੋ ਵੀ ਹੁੰਦਾ ਮਿੱਤਰੋ ਜੋ ਵੀ ਕਹਾਵਤ ਜਿਵੇਂ ਵੀ ਐਵੇਂ ਭੁੱਲ ਜਾਂਦਾ ਵਾ ਅਤੇ ਐਂ ਸਿਰਾ ਮੈਂ ਕਹਿੰਦਾ ਸਿਰਾ ਕਰਾਈ ਜਾਂਦਾ ਅਤੇ ਸਿਰਾ ਬਾਈ ਸਿਰਾ। ਸੋ ਅੱਜ ਵਾਲੀ ਵੀਡੀਓ ਦੇ ਵਿੱਚ ਸਿਰਫ ਮਿੱਤਰੋ ਇੰਨਾ ਹੀ, ਅਤੇ ਮੈਂ ਜਾ ਕੇ ਵੀਡੀਓ ਬਣਾਉਂਦਾ ਹਾਊ ਟੂ ਡਾਊਨਲੋਡ ਵਾਲੀ, ਠੀਕ ਹੈ ਜੀ। ਸੋ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਉਸ ਚੈਨਲ ਨੂੰ ਵੀ, ਅਤੇ ਵੀਡੀਓ ਨੂੰ ਲਾਈਕ ਕਰੋ। ਇਸ ਸਾਲ ਦੀ ਲਾਸਟ ਵਾਲੀ ਵੀਡੀਓ ਸੀ ਅਤੇ ਮੇਰਾ ਕੋਈ ਪਲੈਨ ਨਹੀਂ ਸੀ, ਫਿਰ ਮੈਂ ਕਿਹਾ ਚੱਲ ਇੱਕ ਵੀਡੀਓ ਪਾ ਹੀ ਦਈਏ, ਠੀਕ ਹੈ ਜੀ। ਸੋ ਬਾਏ ਬਾਏ ਮਿੱਤਰੋ, ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਅਤੇ ਕਣਕ ਜੀ ਆਪਾਂ ਮਿੰਟੋ ਮਿੰਟ ਗਰੋ ਕਰਾ ਲੈਣੀ ਆ ਮਿੱਤਰੋ, ਇਹ ਬੇ ਮੌਸਮੀ ਵੱਢ ਲੈਣੀ ਆਪਾਂ, ਟੈਨਸ਼ਨ ਨਾ ਲਓ। ਬਾਏ ਬਾਏ, ਲਵ ਯੂ। ਮੁੰਡੇ ਸਿਰ ਨੀ ਝੁਕਾਉਂਦੇ ਮਰਨਾ ਮਨਜ਼ੂਰੇ ਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰੇ ਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ, ਕੰਮ ਹੌਲੀ ਹੌਲੀ ਕਰਾਂ ਕਰ ਦਾਣਾ ਅਣੇ ਕਹਿਲੀ, ਮੁੰਡਾ ਪੱਟਿਆ ਰੱਖਾਂ ਨੇ ਤੇਰੀ ਨੋਜ਼ ਪੈਨ ਦਾ, ਮੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ, ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।